ਅੰਮ੍ਰਿਤਸਰ ਦੇ ਗਿਰਵਾਲੀ ਗੇਟ ਦੇ ਨਜ਼ਦੀਕ ਇਲਾਕਾ ਅਹਿਮਦਪੁਰਾ ਦੀ ਰਹਿਣ ਵਾਲੀ ਨਵ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੇ ਦਾਜ ਦੀ ਖਾਤਰ ਮਾਰ ਕੁਟਾਈ ਕਰਨ ਦੇ ਦੋਸ਼ ਲਗਾਏ ਨੇ। ਜਾਣਕਾਰੀ ਦਿੰਦੇ ਹੋਏ ਵਿਆਹੁਤਾ ਅਮਨਪ੍ਰੀਤ ਕੌਰ ਪੁੱਤਰ ਗਿਆਨ ਸਿੰਘ ਸਹੁਰੇ ਪਰਿਵਾਰ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸਾਲ 2020 ਦੇ ਵਿੱਚ ਉਹਨਾਂ ਦਾ ਵਿਆਹ ਅੰਮ੍ਰਿਤਸਰ ਦੇ ਕੌਂਸਲਰ ਪਤੀ ਭੁਪਿੰਦਰ ਸਿੰਘ ਰਾਹੀ ਦੇ ਲੜਕੇ ਨਵਪ੍ਰੀਤ ਸਿੰਘ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ ਅਤੇ ਉਹਨਾਂ ਦੇ ਪਿਤਾ ਆਟੋ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਪਰਿਵਾਰ ਨੇ ਆਪਣੀ ਹੈਸੀਅਤ ਦੇ ਮੁਤਾਬਕ ਬਣਦਾ ਦਾਜ ਵੀ ਸਹੁਰੇ ਪਰਿਵਾਰ ਨੂੰ ਦਿੱਤਾ ਸੀ। ਉਹਨਾਂ ਦੱਸਿਆ ਕਿ ਵਿਆਹ ਤੋਂ ਇੱਕ ਦਿਨ ਬਾਅਦ ਹੀ ਸਹੁਰੇ ਪਰਿਵਾਰ ਤੇ ਉਸਦੇ ਪਤੀ ਨੇ ਕਾਰ ਦੀ ਮੰਗ ਕਰਦੇ ਹੋਏ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦ ਉਹਨਾਂ ਦਾ ਵਿਰੋਧ ਕੀਤਾ ਤਾਂ ਉਸਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਇਹ ਵੀ ਦੋਸ਼ ਲਗਾ ਕੇ ਸਹੁਰਾ ਪਰਿਵਾਰ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਵੀਡੀਓ ਵੀ ਬਣਾਉਂਦੇ ਸਨ ਅਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਨੂੰ ਵੀਡੀਓ ਭੇਜ ਕੇ ਦਿਖਾਉਂਦੇ ਅਤੇ ਕਹਿੰਦੇ ਸਨ ਕਿ ਲੜਕੀ ਨੂੰ ਦੌਰੇ ਪੈਂਦੇ ਨੇ। ਜਿਸ ਸੰਬੰਧੀ ਉਹਨਾਂ ਦੇ ਪਰਿਵਾਰ ਨੇ ਸਾਰੇ ਜ਼ਰੂਰੀ ਟੈਸਟ ਵੀ ਉਹਨਾਂ ਦੇ ਕਰਵਾਏ ਨੇ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਸਾਹਮਣੇ ਨਹੀਂ ਆਈ ਹੈ। ਉਹਨਾਂ ਦੱਸਿਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੇ ਜੁਰਮਾਂ ਦੇ ਬਾਰੇ ਜਦ ਉਹਨਾਂ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰਕ ਮੈਂਬਰ ਸਹੁਰੇ ਘਰ ਗੱਲਬਾਤ ਕਰਨ ਆਏ ਤਾਂ ਉਸਦੇ ਸਹੁਰੇ ਭੁਪਿੰਦਰ ਸਿੰਘ ਅਤੇ ਪੂਰੇ ਪਰਿਵਾਰ ਨੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਸੰਬੰਧੀ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੋਈ ਹੈ, ਪਰ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਪਰਿਵਾਰ ਦੇ ਕੋਲ ਰਹਿ ਰਹੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ। ਹਾਂਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਅਮਨਪ੍ਰੀਤ ਕੌਰ। ਹਾਂਜੀ, ਮੈਂ ਗਿਰਵਾਲੀ ਗੇੜ ਨਿਊ ਅੰਮ੍ਰਿਤਸਰ ਨਗਰ ਨਿਗਮ ਕਲੋਨੀ ਗਲੀ ਨੰਬਰ 3 ਦੇ ਵਿੱਚ ਰਹਿੰਦੀ ਹਾਂ। ਕੀ ਮਾਮਲਾ ਚੱਲ ਰਿਹਾ? ਮੇਰੇ ਸਹੁਰੇ ਵਾਲੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ, ਮੇਰੇ 'ਤੇ ਬਲੇਮ ਲਾਉਂਦੇ ਹਨ ਕਿ ਤੈਨੂੰ ਦੌਰੇ ਪੈਂਦੇ ਹਨ। ਮੈਨੂੰ ਕੋਈ ਦੌਰਾ ਨਹੀਂ ਪੈਂਦਾ, ਉਹ ਮੈਨੂੰ ਕਹਿੰਦੇ ਕਿ ਅਸੀਂ ਤੈਨੂੰ ਨਹੀਂ ਰੱਖਣਾ। ਮੇਰੇ ਸਹੁਰਾ ਸਾਹਿਬ ਸੱਤ ਮੇਰੇ ਕੌਂਸਲਰ ਆ, ਭੁਪਿੰਦਰ ਸਿੰਘ ਰਾਹੀ ਮੇਰੇ ਸਹੁਰਾ ਸਾਹਿਬ ਦਾ ਨਾਮ ਆ, ਰਣਜੀਤ ਕੌਰ ਰਣਜੀਤ ਕੌਰ ਰਾਹੀ ਮੇਰੀ ਸਾਸੂ ਮਾਮਾ ਦਾ ਨਾਮ ਆ। ਮੇਰੇ ਸਹੁਰਾ ਸਾਹਿਬ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ, ਮੈਨੂੰ ਮਾਰਦੇ ਕੁੱਟਦੇ ਹਨ ਅਤੇ ਮੇਰੇ ਤੋਂ ਜ਼ਬਰਦਸਤੀ ਮੇਰੇ ਕੋਲ ਫੋਨ ਕਰਵਾਉਂਦੇ ਹਨ ਕਿ ਤੂੰ ਆਪਣੇ ਮੰਮਾ ਪਾਪਾ ਨੂੰ ਕਹਿ ਕੇ ਇੱਥੋਂ ਲੈ ਜਾਓ। ਜਿਸ ਦਿਨ ਮੇਰੇ ਮੰਮਾ ਪਾਪਾ ਮੇਰੇ ਘਰ ਗਏ, ਇਹਨਾਂ ਨੇ ਮੇਰੇ ਨਾਲ ਅਤੇ ਮੇਰੇ ਮਾਤਾ ਪਿਤਾ ਨਾਲ ਬਹੁਤ ਜ਼ਿਆਦਾ ਗਾਲੀ ਗਲੋਚ ਕੀਤਾ ਅਤੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਅਤੇ ਮੇਰੇ ਕੋਲੋਂ ਕਾਰ ਦੀ ਮੰਗ ਕਰਦੇ ਹਨ। ਮੇਰੇ ਭੂਈ ਜੀ ਦੀ ਬੇਟੀ ਦੀ ਪਿਛਲੇ ਮਹੀਨੇ ਮੈਰਿਜ ਹੋਈ ਸੀ, ਉਹਨਾਂ ਨੂੰ ਅਸੀਂ ਕਾਰ ਦਿੱਤੀ ਸੀ। ਇਹ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਲੈ ਕੇ ਜਾਇਆ ਕਰੋ। ਇਹ ਕਹਿੰਦੇ ਕਿ ਜੇ ਉਹਨਾਂ ਨੂੰ ਤਾਂ ਤੁਸੀਂ ਕਾਰ ਦਿੱਤੀ, ਤੈਨੂੰ ਅਸੀਂ ਕਿੱਥੇ ਬੁਲਟ 'ਤੇ ਲੈ ਜਾ ਕਰੀਏ। ਜਿਸ ਦਿਨ ਤੂੰ ਸਾਨੂੰ ਕਾਰ ਦੇ ਦੇਂਗੇ, ਅਸੀਂ ਵੀ ਤੈਨੂੰ ਘੁੰਮਣ ਲੈ ਜਾਇਆ ਕਰਾਂਗੇ। ਇੰਨਾ ਮਤਲਬ ਮੈਨੂੰ ਰਾਤ ਨੂੰ ਮੇਰੇ ਮੰਮਾ ਪਾਪਾ ਮੈਨੂੰ ਮੇਰੇ ਸਾਸੂ ਮੰਮਾ ਮੈਨੂੰ ਖਾਣਾ ਦੇ ਦਿੰਦੇ ਹੁੰਦੇ ਸੀ। ਉਹਦੇ ਵਿੱਚ ਪਤਾ ਨਹੀਂ ਕਿਹੜੀਆਂ ਨਸ਼ੀਲੀਆਂ ਦਵਾਈਆਂ ਦੇ ਕੇ ਮੈਨੂੰ ਖਾਣਾ ਦੇ ਦਿੰਦੇ, ਜਿਹੜਾ ਕਿ ਮੈਨੂੰ ਸਭ ਤੋਂ ਹੋਸ਼ ਨਹੀਂ ਸੀ ਹੁੰਦੀ ਅਤੇ ਮੇਰੀਆਂ ਵੀਡੀਓ ਬਣਾ ਲੈਂਦੇ ਹੁੰਦੇ ਸੀ। ਅਤੇ ਫਿਰ ਮੇਰੇ ਮੰਮਾ ਪਾਪਾ ਨੂੰ ਕਹਿ ਦਿੰਦੇ ਹੁੰਦੇ ਸੀ ਕਿ ਤੁਹਾਨੂੰ ਤੁਹਾਡੀ ਬੇਟੀ ਨੂੰ ਦੌਰਾ ਪੈ ਗਿਆ, ਆਹ ਦੇਖ ਲਓ। ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਚਾਹੁੰਦੀ ਹਾਂ ਕਿ ਮੈਨੂੰ ਮੇਰਾ ਪੂਰੇ ਤੋਂ ਪੂਰਾ ਇਨਸਾਫ਼ ਦਿੱਤਾ ਜਾਵੇ। ਅਸੀਂ ਇਹਨਾਂ ਨੂੰ ਸਾਰਾ ਸਮਾਨ ਫਰਨੀਚਰ ਦਿੱਤਾ, 3 ਲੱਖ ਦਾ ਅਸੀਂ ਇਹਨਾਂ ਨੂੰ ਗਹਿਣਾ ਪਾਇਆ, ਬੁਲਟ ਦਿੱਤਾ, ਸਾਰਾ ਓਲਡ ਫਰਨੀਚਰ ਦਿੱਤਾ। ਫਿਰ ਵੀ ਇਹ ਮੇਰੇ ਮਾਂ ਪਿਓ ਨੂੰ ਕਹਿੰਦੇ ਆ ਕਿ ਜਦੋਂ ਤੱਕ ਤੁਹਾਡੀ ਬੇਟੀ ਨੂੰ ਤੁਸੀਂ ਗੱਡੀ ਨਹੀਂ ਦਿਓਗੇ, ਅਸੀਂ ਇਹਨੂੰ ਨਹੀਂ ਰੱਖਣਾ ਚਾਹੁੰਦੇ। ਕਿੰਨਾ ਚਿਰ ਹੋਇਆ ਤੁਹਾਡੇ ਵਿਆਹ ਨੂੰ? ਮੇਰੇ ਵਿਆਹ ਨੂੰ 11 ਮਹੀਨੇ ਹੋ ਗਏ ਆ ਮੈਨੂੰ, ਅਤੇ ਮੇਰਾ ਤਾਂ ਜੇ ਵਿਆਹ ਦਾ ਚਾਅ ਵੀ ਨਹੀਂ ਪੂਰਾ ਹੋਇਆ। ਮੇਰੇ ਸਹੁਰਾ ਸਭ ਹੁਣ ਮੈਨੂੰ ਸਹੁਰੇ ਵਾਲਿਆਂ ਦਾ ਪਿਆਰ ਵੀ ਨਹੀਂ ਮਿਲਿਆ। ਵਿਆਹ ਤੋਂ ਅਗਲੇ ਦਿਨ ਬਾਅਦ ਹੀ ਮੈਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ, ਕਹਿੰਦੇ ਕਿ ਤੈਨੂੰ ਦੌਰੇ ਪੈਂਦੇ ਆ, ਪਰ ਮੈਨੂੰ ਇਹੋ ਜਿਹਾ ਕੁਛ ਨਹੀਂ ਹੁੰਦਾ। ਮੇਰੇ ਨਾਲ ਅਤੇ ਮੇਰੇ ਮਾਂ ਪਿਓ ਨੇ ਇਹਨਾਂ ਨੇ ਬਹੁਤ ਬਦਸਲੂਕੀ ਕੀਤੀ ਆ। ਮੈਂ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਸਾਰਿਆਂ ਵੱਲੋਂ ਇਹੋ ਚਾਹੁੰਦੀ ਹਾਂ ਕਿ ਮੇਰਾ ਮੈਨੂੰ ਪੂਰਾ ਇਨਸਾਫ ਦਿੱਤਾ ਜਾਵੇ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ BSc IT ਦਾ ਕੋਰਸ ਕਰਦੀ ਪਈ ਹਾਂ ਸਤਿਅਮ ਕਾਲਜ। ਤੇ ਜਿਹੜੇ ਇਲਜ਼ਾਮ ਲਾਉਂਦੇ ਦੌਰੇ ਦੌਰੇ ਪੈਂਦੇ, ਉਹ ਝੂਠੇ ਨੇ ਸੱਚੇ ਨੇ? ਹਾਂਜੀ, ਇਹ ਝੂਠੇ ਆ ਕਿ ਮੈਨੂੰ ਕੁਛ ਨਹੀਂ ਹੁੰਦਾ। ਮੈਨੂੰ ਮਤਲਬ ਮੈਂ ਜਿਹੜੇ ਦੌਰੇ ਵਾਲੇ ਬੱਚੇ ਨੂੰ ਤਾਂ ਇੱਕ ਦਿਨ ਵੀ ਨਹੀਂ ਸਕੂਲ ਵਿੱਚ ਰੱਖਿਆ ਜਾਂਦਾ। ਮੈਂ ਸਭ ਕੁਝ ਸਤਿਅਮ ਕਾਲਜ ਵਿੱਚ ਮੈਂ ਇਕੱਲੀ ਆਪਣੇ ਕਾਲਜ ਆਉਂਦੀ ਜਾਂਦੀ ਹਾਂ, ਮਤਲਬ ਸਭ ਕੁਛ ਪੜ੍ਹਦੇ ਲਿਖਦੇ ਹਾਂ। ਮੈਨੂੰ ਕਹਿੰਦੇ ਆ ਕਿ ਤੈਨੂੰ ਇਕੱਲੀ ਆ ਕਿ ਤੈਨੂੰ ਪੜ੍ਹਨਾ ਲਿਖਣਾ ਨਹੀਂ ਹੁੰਦਾ। ਹਾਂਜੀ, ਮੈਨੂੰ ਮਜੀਠੇ ਦੀਆਂ ਧਮਕੀਆਂ ਲਗਾਉਂਦੇ ਆ ਕਿ ਸਾਡਾ ਮਤਲਬ ਜੇ ਤੁਸੀਂ ਸਾਡੇ 'ਤੇ ਕੇਸ ਵੀ ਪਾ ਦੋਗੇ ਤਾਂ ਮਜੀਠਿਆਂ ਨੂੰ ਸਾਨੂੰ ਕਦੀ ਨਹੀਂ ਮਤਲਬ ਸਾਨੂੰ ਕਢਵਾ ਸਕਦਾ, ਜੇ ਤੁਸੀਂ ਸਾਡੇ 'ਤੇ ਪਰਚਾ ਵੀ ਕਰਵਾ ਦੋਗੇ ਤਾਂ। ਮਤਲਬ ਜਦੋਂ ਵੀ ਕਿਤੇ ਜਾਂਦੇ ਮੈਨੂੰ ਘਰ ਇਕੱਲੀ ਨੂੰ ਲੋਕ ਕਰਕੇ ਚਲੇ ਜਾਂਦੇ ਆ, ਅਤੇ ਜਦੋਂ ਕੋਈ ਪੁੱਛਦਾ ਹੈ ਨਾ ਕਿ ਤੁਸੀਂ ਆਪਣੀ ਨੂੰਹ ਨੂੰ ਕਿਉਂ ਨਹੀਂ ਬਾਹਰ ਕੱਢਿਆ, ਅਤੇ ਲੋਕਾਂ ਨੇ ਕਹਿੰਦੇ ਆ ਕਿ ਇਹਨੂੰ ਅਕਲ ਨਹੀਂ ਹੈਗੀ ਵੀ, ਇਹਨੂੰ ਕੰਮ ਕਾਰ ਨਹੀਂ ਕਰਨਾ ਆਉਂਦਾ, ਇਹਨੂੰ ਇਹ ਆ। ਅਤੇ ਮੈਨੂੰ ਮਤਲਬ ਮੈਂ ਇਹੋ ਚਾਹੁੰਦੀ ਹਾਂ ਕਿ ਮੈਨੂੰ ਮੇਰਾ ਪੂਰਾ ਇਨਸਾਫ਼ ਦਿੱਤਾ ਜਾਵੇ। ਅੱਜ ਮੇਰੇ ਨਾਲ ਇਹ ਹੋਇਆ, ਕੱਲ੍ਹ ਨੂੰ ਕਿਸੇ ਵੀ ਧੀ ਨਾਲ ਸਹੁਰੇ ਵਾਲੇ ਹਰ ਇੱਕ ਨਾਲ ਕਰ ਸਕਦੇ। ਮੈਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੋ ਚਾਹੁੰਦੀ ਹਾਂ ਕਿ ਮੈਨੂੰ ਪੂਰਾ ਤੋਂ ਪੂਰਾ ਇਨਸਾਫ਼ ਦਿੱਤਾ ਜਾਵੇ, ਕਿ ਕੱਲ੍ਹ ਨੂੰ ਕੋਈ ਵੀ ਸਹੁਰੇ ਵਾਲੇ ਕਿਸੇ ਵੀ ਧੀ ਨਾਲ ਇਸ ਤਰ੍ਹਾਂ ਨਾ ਕਰਨ। ਅਕਾਲੀ ਦਲ ਦਾ ਔਰ ਉਹਦੇ ਪਰਿਵਾਰ ਨੇ, ਉਹਦੀ ਨੂੰਹ ਆ, ਉਹਦੇ ਪਰਿਵਾਰ ਨੇ ਕੁੱਟਮਾਰ ਕਰਕੇ ਇਹਨੂੰ ਘਰੋਂ ਕੱਢਿਆ ਹੋਇਆ ਹੈ, ਔਰ ਉਸ ਚੀਜ਼ ਦਾ ਅਸੀਂ ਨੋਟਿਸ ਲਿਆ। ਅੱਜ ਅਸੀਂ ਆਪਣੀ ਟੀਮ ਦੇ ਨਾਲ ਇਸ ਭੈਣ ਦੇ ਘਰ ਪਹੁੰਚੇ ਹਾਂ ਔਰ ਇਸ ਦਾ ਸੰਗਿਆਨ ਲੈ ਕੇ ਅਸੀਂ
इन्हें पहला ही अपने रिश्तेदार को भैन भरावों को पैसे फड़ के अपनी वित्त के अनुसार ज़्यादा अपनी वित्त तो ज़्यादा ये दाज दे चुका। बुलट मोटरसाइकिल होर बाकी बैड समान जो भी घर जरूरत का दाज हों दे चुका, पर अजक दाज की लालच इन्नी ज़्यादा बढ़ गई आ, उन्हां लालचियां नूं उस चीज़ के नाल उन्हां दा ढिड नहीं भरिया ते वह कार की डिमांड कर रहे हैं। और इहदी दरखास्त असी इन्हां ने परिवार ने महिला मंडल थाने दित्ती हुई आ, अजे उत्थों कोई पॉजिटिव रिस्पोंस इन्हां नूं नहीं मिल रहा। मैं प्रशासन नूं बेनती करदा, कमिश्नर साहब नूं बेनती करदा कि ये जिहड़ा तुसीं महिला वास्ते थाने बनाए ने इत्थे महिला की सुनिया भी करो। महिला दे नाल बहुत ज़्यादा अत्याचार हो रहा, हर घर दे विच अत्याचार हो रहा, महिला नूं बहुत ज़्यादा दबाया जा रहा। सरकारां गल्लां ते करदियां ने कि महिला नूं असीं पुरश के बराबर करना, पर ग्राउंड दे उत्ते बिल्कुल जीरो आ। महिला थाणियां दे विच भी पुरश ही काम करते ने, महिला को पूरी अपनी कहानी नहीं दसी जाती। एक ऑफिसर जी महिला ऑफिसर आदा लीडर भी पुरश हों। मैं प्रशासन भी बेनती करता महिला थाणियां दे विच सिर्फ महिला ऑफिसर ही लगाए जा, थले तक स्टाफ के ऑफिसर भी महिला लगाए जा, जो कि ये भैणों इंसाफ मिल सके। और एक मैनू पता लगा कि वह परिवार भुपिंदर सिंह राही जिहड़ा वो अकाली दल का कौंसलर आते बिक्रमजीत मजीठे धमकियां दिंदा कि असी मजीठिए दे सानू शहव आ, मजीठिया कहिंदा जो मर्जी कर लो मैं तुहाडे उपर कारवाई नहीं होण दिंदा। पर लोक इंसाफ पार्टी अज इन्हां दी पिट ते आण के खड़ी हो गई आ, कानूनी कारवाई करा के डेमोक्रेटिक वे दे नाल उहनां नूं जेल दे विच डका के साह लवांगे। इस संबंधी जो लड़की के सहुरे भुपिंदर सिंह राही दे नाल गलबात की गई तो उन्होंने ब्यौता लड़की वालों लगाए गए दोषों को नकारते हुए कहा कि वह लंबे समय तो श्रोमणी अकाली दल पार्टी के रह के लोगों की सेवा कर रहे हैं। अमनप्रीत कौर जदों की ब्याह के लिया है उस तो एक दिन बाद ही उस दौरे पैने शुरू हो गए सन। इस संबंधी उन्होंने कई बार लड़की के परिवारक मैंबरों भी दसिया पर उन्हें कोई ध्यान नहीं दिता और हुण पूरा परिवार उन्होंने छवि को खराब करने की कोशिश कर रहा है। उन्होंने कहा कि लड़की के परिवार तो ना तो किसी कार की मांग कर रहे हैं ना ही कोई दाज मांग रहे हैं। मेरा नाम भुपिंदर सिंह राही, मैं एक्स कौंसलर, मेरी धर्मपत्नी श्रीमती रणजीत कौर राही जी कौंसलर। तो तुहाडी नौ अमनदीप जिहड़े ने उन्होंने इल्जाम लाए ने तुहाडे ते जे दहेज दी मांग करदे ने। देखो ये झूठे इल्जाम ने, कोई असी दहेज की मंग नहीं की, बेटी नू जो भी हैगा सारा कुछ पता है। क्यों इस तरह के इल्जाम लाए जा रहे तुहाडे परिवार ते? सानू बदनाम करने वास्ते जी, वो बेटी नू कोई दौरे की शिकायत सी, जिदों के अं व्याह के लियाए हाँ उस तो अगले दिन उन्होंने दौरा पै जाता है, असी गड्डी दे विच पा के उस परिवार के नाल संपर्क करते हैं, उन्होंने लैके जाने उन्होंने घर और उन्होंने दिखा के भी आने, मतलब कि भूआ जी अगलवांडी साढ़े को मतलब कि जी भूआ वो एक निंदर आ, तो एक नवे पिंड वाली जी कि झोलन है वो आदियाँ, वो डॉक्टर के कोल लैके जा दवाई दवादियाँ, फिर सानू अपने घर भी खड़ दें दो घंटे उन्होंने कुड़ी अपने को रख दी जब मतलब कि ठीक ठाक हो जाती है, फिर साढ़े नाल वापस मतलब कि कुड़ी असी लैके आए, कोई यहोजा मसला नहीं है जी। एक फिर तुहाडे इल्जाम लाए जा रहे हैं कि तुम अकाली दल के कौंसलर हो, मजीठिया साहब की धमकी दे। देखो वूमेन सैल के जी दरखास्त चल रही है, किसी उत्थे जाके पुलिस अफसर तुम पूछ लो, चाहे उत्थे इंस्पैक्टर साहब न पूछ लो, चाहे डी एस पी साहब न पूछ लो कि तुहानू कोई मजीठिया साहब की सिफारिश आई है, चाहे किसी लीडर की सिफारिश आई है साडी तरफों श्रोमणी अकाली दल वालों, किसी की सिफारिश असी नहीं कराई ना, हाले तक मैं किसी अपनी पार्टी के नुमाइंदे ना कोई दसिया है, तो ना ही कोई मैं चाहता सी कि मेरे अपनी फैमिली का मसला है, तो मैं कोई यही गल जी नहीं दसी। देखो ये कोई नशीली दवाई नहीं गई, ये मैं अगे भी दस चुका है, आप जी ने भी विआह तो अगले दिन कि नशीली दवाई होंगी है जी देन वास्ते परिवार के विच, साडा कोई उस बच्ची दे नाल वैर सी जां उस परिवार दे नाल साडी कोई दुश्मनी चलती सी भी असी उन्हूं विआह के लिया के असी उन्हूं नशीलियां दवाइयां देनियां सीगियां। विआह तो अगले दिन दौरा पैंदा है और लगातार साडे कोल इत्थे मतलब कि दो महीने जिद्दण मतलब कि कुड़ी रहिंदी है ते उन्हूं लगातार दौरे पैंदे आ, फिर सर्वसम्मति दे नाल मतलब कि बेटा उन्हूं अपने सहुरे घर लैके जांदा है, तो उहदी भूआ उल्ट साढ़े ते प्रैशर पा के साडे बेटे नूं दबाउणा चाहुंदी आ भी तूं ये जिहड़े दौरे आ दौरे नहीं कहने ना, इहदे बारे कोई जिक्र करना, जेकर तूं जिक्र कीता ते तैनूं छड्डांगे नहीं और तेरे ते असीं पूरा शिकंजा कस के तेरे ते परचे दर्ज करावांगे, इहदी इहनूं उत्थे ये दौरे पैण ये मर जावे ते इहदी लाश चुक के लियावांगे ते तुहानूं धक्कांगे।
ਦੇਖੋ ਜੀ ਮੈਂ ਇਸ ਗੱਲ ਦੇ ਉੱਤੇ ਐਗਰੀ ਹਾਂ ਵੀ ਉਹਨਾਂ ਨੇ ਜੋ ਵੀ ਕੀਤਾ ਆਪਣੀ ਧੀ ਭੈਣ ਵਾਸਤੇ ਬਿਲਕੁਲ ਵਧੀਆ ਕੀਤਾ, ਮੈਂ ਇਸ ਗੱਲ ਦੇ ਉੱਤੇ ਕੋਈ ਹੈਗਾ ਨਹੀਂ ਹਾਂ। ਔਰ ਗੱਡੀ ਦੀ ਮੰਗ ਸਾਡੇ ਪਰਿਵਾਰ ਵੱਲੋਂ ਨਾ ਕੀਤੀ ਗਈ, ਮੇਰੀ ਤੁਸੀਂ ਜਗ੍ਹਾ ਵੇਖ ਰਹੇ ਹੋ, ਮੇਰੇ ਘਰੇ ਤਾਂ ਮੋਟਰਸਾਈਕਲ ਲੱਗਣ ਲਈ ਜਗ੍ਹਾ ਨਹੀਂ ਹੈਗੀ ਅਤੇ ਗੱਡੀ ਕਿੱਥੋਂ ਲੱਗਣੀ ਆ। ਮੈਂ ਆਪਣੀ ਅਕਸੀਅਤ ਵੇਖ ਕੇ ਆਪਣੇ ਪਰਿਵਾਰ ਨੂੰ ਵੇਖਦੇ ਹੋਇਆਂ ਉਹ ਰਿਸ਼ਤਾ ਨਾਤੇ ਨੂੰ ਪ੍ਰਵਾਨ ਕੀਤਾ ਜੀ। ਜਿਹੜੇ ਇਲਜ਼ਾਮ ਲਾਏ ਜਾ ਰਹੇ ਫਿਰ ਉਹ ਬਿਲਕੁਲ ਝੂਠੇ, ਬੇਬੁਨਿਆਦ, ਜਿਨ੍ਹਾਂ ਦਾ ਕੋਈ ਮੁੱਦਾ ਹੀ ਨਹੀਂ, ਔਰ ਝੂਠੇ ਇਲਜ਼ਾਮ ਮੇਰੇ 'ਤੇ ਲਾ ਕੇ ਮੇਰੀ ਮੈਨੂੰ ਕੋਈ ਬਦਨਾਮ ਕਰਨ ਦੀ ਖਾਤਰ ਜਿਹੜਾ ਉਹ ਪਰਿਵਾਰ ਡਟਿਆ ਉਹ ਉਹਨਾਂ ਵਾਸਤੇ ਗਲਤ ਆ। ਮੈਂ ਆਹ ਵੀ ਜਿਹੜੀਆਂ ਲਫ਼ਜ਼ ਆ ਆਪਣੀ ਉਸ ਬੇਟੀ ਵਾਸਤੇ ਕੋਈ ਬੋਲਣਾ ਨਹੀਂ ਸੀ ਚਾਹੁੰਦਾ, ਲੇਕਿਨ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਸਾਨੂੰ ਬਦਨਾਮ ਕਰਨ ਵਾਸਤੇ ਜਿਹੜਾ ਇਹ ਇਸ ਸੰਬੰਧੀ ਜਦੋਂ ਮਹਿਲਾ ਪੁਲਿਸ ਅਧਿਕਾਰੀ ਦੇ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਦੋਵਾਂ ਪਰਿਵਾਰਾਂ ਨੂੰ ਬਿਠਾ ਕੇ ਕਾਉਂਸਲ ਕਰਵਾਈ ਜਾ ਰਹੀ ਹੈ ਅਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ਼ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਦੇਖੋ ਜੀ, ਅਮਨਪ੍ਰੀਤ ਕੌਰ ਨੇ ਇਹ ਕਿਹਾ ਕਿ ਉਹਦੇ ਹਸਬੈਂਡ ਜਿਹੜੇ ਨੇ ਉਹਨੂੰ ਤੇ ਕੋਈ ਮੈਡੀਸਨ ਦੇ ਕੇ ਅਤੇ ਜਦੋਂ ਉਦੋਂ ਕੁਛ ਉਹਦੇ ਸਰੀਰ 'ਚ ਹਲਚਲ ਹੁੰਦੀ ਸੀ ਤਾਂ ਉਹਦੀ ਉਹ ਵੀਡੀਓ ਬਣਾਉਂਦਾ ਸੀਗਾ, ਅਤੇ ਇਸ ਸੰਬੰਧੀ ਜਿਹੜਾ ਉਹਨਾਂ ਦੀ ਜਿਹੜੀ ਡਾਕਟਰ ਮੈਡਮ ਸਾਡੇ ਕਮੇਟੀ ਮੈਂਬਰ ਨੇ ਉਹਨਾਂ ਨਾਲ ਵੀ ਉਹਨਾਂ ਦੀ ਕੌਂਸਲਿੰਗ ਕਰਵਾਈਏ ਅਤੇ ਉਹਨਾਂ ਨੂੰ ਦੁਬਾਰਾ ਇੱਕ ਕੌਂਸਲਿੰਗ ਵਾਸਤੇ ਟਾਈਮ ਦਿੱਤਾ ਹੈ। ਉਸ ਤੋਂ ਬਾਅਦ ਜੇ ਉਹਨਾਂ ਦਾ ਕੋਈ ਨਹੀਂ ਨਿਬੜਦਾ ਤਾਂ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾਵੇ। ਦੇਖੋ ਅਜੇ ਤੱਕ ਤਾਂ ਜਿਹੜਾ ਮੇਨ ਉਹਦਾ ਚੱਲਿਆ ਉਹ ਮੈਡੀਕਲ ਨਾਲ ਸੰਬੰਧਿਤ ਹੀ ਚੱਲਿਆ, ਬਾਕੀ ਉਹ ਵੈਰੀਫਾਈ ਕਰਕੇ ਉਸ ਹਿਸਾਬ ਨਾਲ ਜਿਹੜੀ ਰਿਪੋਰਟ ਬਣਦੀ ਉਹ ਬਣਾ ਕੇ ਭੇਜੀ ਜਾਏਗੀ। ਉਹਨਾਂ ਨੇ ਮੀਡੀਆ ਨੇ ਵੀ ਇਲਜ਼ਾਮ ਲਾਏ ਗਏ ਸਾਰਾ ਪਰਿਵਾਰ ਮਾਰ ਕੁਟਾਈ ਵਗੈਰਾ ਵਗੈਰਾ ਦਾ ਕੁਛ ਇਸ ਹਿਸਾਬ ਨਾਲ ਉਹਨੇ ਕੋਈ ਵੀ ਸਾਨੂੰ ਮੈਡੀਕਲ ਆਪਣਾ ਪੇਸ਼ ਨਹੀਂ ਕੀਤਾ ਕਿ ਜਦੋਂ ਸਹੁਰੇ ਪਰਿਵਾਰ ਤੋਂ ਆਈ ਉਹਨੇ ਕੋਈ ਆਪਣਾ ਮੈਡੀਕਲ ਕਰਵਾਇਆ ਹੋਵੇ। ਚਲੋ ਕੀ ਹੁਣ ਪੜਤਾਲ ਕੀਤੀ ਜਾਵੇ? ਪੁਲਿਸ ਵੱਲੋਂ ਉਹਦੀਆਂ ਦੋ ਕੌਂਸਲਿੰਗ ਕਰਵਾਈਆਂ ਜਾ ਚੁੱਕੀਆਂ, ਇੱਕ ਵਾਸਤੇ ਪਰਸੋਂ 5 ਤਰੀਕ ਦਾ ਟਾਈਮ ਦਿੱਤਾ ਹੋਇਆ ਅਤੇ ਉਸ ਤੋਂ ਬਾਅਦ ਜਿਹੜੀ ਵੀ ਫਾਈਨਲ ਸਾਡੀ ਰਿਪੋਰਟ ਬਣੇਗੀ ਉਹ ਬਣਾ ਕੇ ਅਸੀਂ ਭੇਜ ਦਾਂਗੇ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।